ਪੰਚਕੂਲਾ ਵਰਗੇ ਹਾਲਾਤ ਪਟਿਆਲਾ ਵਿੱਚ ਨਾ ਬਣ ਜਾਣ। ਇਸ ਨੂੰ ਲੈ ਕੇ ਪੰਜਾਬ ਪੁਲਿਸ 22 ਤਰੀਕ ਨੂੰ ਹੋਣ ਵਾਲੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਨੂੰ ਲੈ ਕੇ ਸਤਰਕ ਨਜ਼ਰ ਆ ਰਹੀ ਹੈ, ਕਿਉਂਕਿ 22 ਤਰੀਕ ਨੂੰ ਕਿਸਾਨਾਂ ਵੱਲੋਂ ਪਟਿਆਲਾ ਦੇ ਮੋਤੀਬਾਗ ਪੈਲਸ ਨੂੰ ਘੇਰਨ ਦਾ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਪੰਜਾਬ ਭਰ ਦੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ। ਪਟਿਆਲਾ ਦੇ ਸੁਰੱਖਿਆ ਨੂੰ ਲੈ ਕੇ DGP ਪੰਜਾਬ ਸੁਰੇਸ਼ ਅਰੋੜਾ ਖੁਦ ਸੁਰੱਖਿਆ ਦਾ ਜਾਇਜ਼ਾ ਲੈ ਰਹੇ ਹਨ, ਜਿਸ ਨੂੰ ਲੈ ਕੇ ਉਹ ਪਟਿਆਲਾ ਪਹੁੰਚੇ ਅਤੇ ਉਹਨਾਂ ਨੇ ਸੁਰੱਖਿਆ ਦਾ ਜਾਇਜ਼ਾ ਲਿਆ। DGP ਨੇ ਸੁਰੱਖਿਆ ਨੂੰ ਲੈ ਕੇ ਆਪਣੇ ਆਲਾ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ। ਦੇਖੋ, ਜ਼ਿਲ੍ਹੇ ਵਾਲਿਆਂ ਨੇ ਪਹਿਲਾਂ 144 ਲਗਾਈ ਹੋਈ, 144 ਦਾ ਮਤਲਬ ਤਾਂ ਇਹ ਹੈ ਕਿ ਵੀ ਵਿਦਆਊਟ ਪਰਮਿਸ਼ਨ, ਠੀਕ ਹੈ, ਇਸ ਤਰੀਕੇ ਦੇ ਆਪ ਅਸੈਂਬਲੀ ਅਲਾਊ ਨਹੀਂ ਕਰਦੇ, ਉਹਨਾਂ ਨੇ ਕੋਈ ਅਪਲਾਈ ਵੀ ਨਹੀਂ ਕੀਤਾ ਹੋਇਆ, ਔਰ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਾਰੇ ਅਰੇਂਜਮੈਂਟ ਕਰ ਰਹੇ ਹਾਂ। ਇਹਦੇ 'ਚ ਮੇਨ ਚੀਜ਼ ਮੈਂ ਦੇਖਣ ਵੀ ਜਾ ਰਿਹਾ, ਜੋ ਮੈਨੂੰ ਬਰੀਫ ਵੀ ਕੀਤਾ ਗਿਆ, ਇਹ ਦੇਖੋ ਜਿਹੜਾ ਆਪਣਾ ਪਟਿਆਲਾ ਸਿਟੀ ਹੈ, ਉਹਦੇ ਬੱਚਿਆਂ ਦੇ ਸਕੂਲ ਹੈ, ਉਹਦੇ ਮੈਡੀਕਲ ਕਾਲਜ ਹੈ, ਉਹਦੇ ਆਪਣੀ ਪੰਜਾਬੀ ਯੂਨੀਵਰਸਿਟੀ ਹੈ, ਲਾਅ ਕਾਲਜ ਹੈ, ਮਤਲਬ ਹੁਣ ਬੱਚਿਆਂ ਦੀ ਐਜੂਕੇਸ਼ਨ ਸਫ਼ਰ ਕਰੇ, ਔਰ ਹੋਸਪਿਟਲ ਹੈ, ਹੈਲਥ ਫੈਸਿਲਿਟੀ ਸਫ਼ਰ ਕਰਨ, ਮੇਰਾ ਖਿਆਲ ਹੈ ਕਿ ਵੀ ਇਹ ਉਚਿਤ ਨਹੀਂ ਹੈ। ਜੇ ਕਿਸੇ ਨੇ ਪ੍ਰੋਟੈਸਟ ਕਰਨਾ ਇੱਕ ਡੈਮੋਕ੍ਰੇਟਿਕ ਰਾਈਟ ਹੈ, ਔਰ ਸਾਡੇ ਆਪਣੇ ਰਾਦਰ ਅਪੀਲ ਕਰੂੰਗਾ ਉਹਨਾਂ ਨੂੰ ਕਿ ਵੀ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਅਪਲਾਈ ਕਰੋ, ਪਰਮਿਸ਼ਨ ਮੰਗੋ, ਐਡਮਿਨਿਸਟ੍ਰੇਸ਼ਨ ਤੁਹਾਨੂੰ ਕੋਈ ਜਗ੍ਹਾ ਦਊਗੀ ਜਿਹਦੇ ਨਾਲ ਉਹਨਾਂ ਦਾ ਪ੍ਰੋਟੈਸਟ ਵੀ ਯੂਨੋ ਸਰਕਾਰ ਤੱਕ ਲੋਕਾਂ ਤੱਕ ਪਹੁੰਚੇ, ਔਰ ਇਸ ਤਰੀਕੇ ਦੇ ਨਾਲ ਜਿਹੜੇ ਆਮ ਜਨਤਾ ਹੈਗੀ ਉਹਨਾਂ ਨੂੰ ਵੀ ਕੋਈ ਇਨਕਨਵੀਨੀਅੰਸ ਨਾ ਹੋਵੇ। ਮੈਂ ਸਮਝਦਾ ਕਿ ਤੁਸੀਂ ਇਸ ਗੱਲ ਨੂੰ ਵੀ ਐਗਰੀ ਕਰੋਗੇ ਕਿ ਸਾਨੂੰ ਲੋਕਾਂ ਨੂੰ ਇਨਕਨਵੀਨੀਅੰਸ ਪਾ ਕੇ ਇਹ ਇੱਕ ਠੀਕ ਆ ਰਹੀ। ਪਟਿਆਲਾ ਤੋਂ SMR ਨਿਊਜ਼ ਲਈ ਬਲਦੀਪ ਸ਼ਰਮਾ ਦੀ।